खेती कानूनों नूं रद्द करवाउण लई गुराया ते फिलौर विखे विशाल ट्रैक्टर रैली कढ़ी गई, जिस विच 500 दे करीब ट्रैक्टर मौजूद सन। इह रैली गुराया तों हुंदी होई फिलौर पहुंची, जिथे किसान आगुआं वल्लों तहसीलदार नूं इक मंग पत्र दित्ता गया। इस मौके गलबात करदिआं किसान आगू ने कहा कि 26 तारीक नूं इसे तरह ट्रैक्टर दिल्ली विच वी जाणगे अते ट्रैक्टरां दे उत्ते तिरंगे झंडे दे नाल किसानी झंडा लगाया जाएगा। ਤੁਸੀਂ ਟਰੈਕਟਰ ਮਾਰਚ ਕੀਤਾ, ਕਿਸ ਵਿਸ਼ੇ 'ਚ ਕੀਤਾ ਜੀ? ਜਿਹੜਾ ਖੇਤੀ ਜਿਹੜੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਸਾਡੇ ਤੇ ਥੋਪੇ ਨੇ, ਉਹਨਾਂ ਦੀ ਵਿਰੋਧਤਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਹੋਰ ਜਿਹੜੇ ਸਾਡੇ ਜਥੇਬੰਦੀਆਂ ਨੇ, ਲੋਕਲ ਨੇ, ਸਾਡੇ ਨੌਜਵਾਨ ਨੇ, ਸਾਡੇ ਵਪਾਰੀ ਵਰਗ, ਸਾਡੇ ਵਕੀਲ ਭਾਈਚਾਰਾ, ਇਹ ਸਾਰੇ ਸ਼ਹਿਰ ਵਾਸੀਆਂ ਨੂੰ ਰਲ ਕੇ ਗ੍ਰਾਮ ਤੋਂ ਇੱਕ ਟਰੈਕਟਰ ਮਾਰਚ ਕੱਢਿਆ। 500 ਦੇ ਕਰੀਬ ਟਰੈਕਟਰ ਨੇ, ਹਲੇ ਵੀ ਗ੍ਰਾਮ ਟਰੈਕਟਰ ਪਹੁੰਚ ਰਹੇ ਤੁਰ ਰਹੇ ਨੇ। ਅਸੀਂ ਬਲੌਰ ਪਹੁੰਚ ਚੁੱਕੇ ਹਾਂ, ਅਸੀਂ ਬਲੌਰ ਦੇ ਵਿੱਚ ਘੁੰਮ ਕੇ ਹੁਣ ਵਾਪਸ ਜਾਵਾਂਗੇ। ਸਾਡਾ ਇਹ ਮੈਸੇਜ ਕੇਂਦਰ ਸਰਕਾਰ ਵਾਸਤੇ ਆ ਵੀ ਜਿੰਨੇ ਕਿਸਾਨ ਉੱਥੇ ਬੈਠੇ ਨੇ, ਉਦੋਂ ਵੇਲੇ ਕਾਫੀ ਕਿਸਾਨ ਕਿਸਾਨ ਪਿੰਡਾਂ 'ਚ ਨੇ, 26 ਜਨਵਰੀ ਨੂੰ ਸਾਰੇ ਕਿਸਾਨ ਚਲਾਉਂਦੇ ਹੋ। ਇਹ ਜਿਹੜਾ ਭਾਜੀ ਤੁਸੀਂ ਗਰਾਇਆ ਤੋਂ ਕੱਢਿਆ, ਇਹ ਕਿੱਥੇ ਤੱਕ ਜਾਣਾ ਜੀ? ਇਹ ਬਲੌਰ ਤੋਂ, ਬਲੌਰ ਦੇ ਵਿੱਚ ਹੀ ਘੁੰਮ ਕੇ ਹੁਣ ਵਾਪਸ ਜਾਊਗਾ ਅੰਬੇਦਕਰ ਚੌਂਕ ਤੋਂ, ਉੱਥੋਂ ਹੁੰਦਾ ਆ ਗ੍ਰਾਮ ਦੇ ਵਿੱਚ ਹੀ ਘੁੰਮ ਕੇ ਚਰਾਲੀ ਵਾਲੇ ਪੁਲ ਤੋਂ ਘੁੰਮ ਕੇ ਜੀ ਟੀ ਰੋਡ ਰਾਹੀਂ ਵਾਪਸ ਹੋ ਕੇ ਗ੍ਰਾਮ ਮੰਡੀ ਦੇ ਵਿੱਚ ਖਤਮ ਹੋਊਗਾ। ਇਹ ਇੱਕ ਸਿੰਬੋਲਿਕ ਪ੍ਰਦਰਸ਼ਨ ਆ, ਕੇਂਦਰ ਸਰਕਾਰ ਇਹ ਸਮਝੇ ਨਾ ਵੀ ਜਿਹੜੇ ਕਿਸਾਨ ਦੇ ਪਾਰਟਰਾਂ ਦੇ ਬੈਠੇ ਆ ਉਸ ਤੋਂ ਕਿਤੇ ਜ਼ਿਆਦਾ ਗਿਣਤੀ ਅਜੇ ਪਿੰਡਾਂ 'ਚ ਬੈਠੀ ਆ। 26 ਜਨਵਰੀ ਨੂੰ ਇਕੱਲਾ ਇਕੱਲਾ ਬੱਚਾ ਬੱਚਾ ਪੰਜਾਬ ਦਾ ਉੱਥੇ ਪਹੁੰਚੂਗਾ। ਇਹਦੇ ਵਿੱਚ ਤੁਸੀਂ ਅੱਜ ਫਲੋਰ ਦੀ ਤਹਿਸੀਲੇ ਪਹੁੰਚੇ ਆ, ਉਹਦੇ ਵਿੱਚ ਕੀ ਕਾਰਨ ਸੀ ਪਹੁੰਚੇ? ਅਸੀਂ ਇੱਕ ਮੰਗ ਪੱਤਰ ਦਿੱਤਾ ਆ ਜੋ ਕਾਲੇ ਕਾਨੂੰਨ ਸਾਡੇ ਤੋਂ ਥੋਪੇ ਗਏ ਆ, ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ। ਉਹਦੇ ਬਾਬਤ ਅਸੀਂ ਮੰਗ ਪੱਤਰ ਦਿੱਤਾ ਆ ਸਰਕਾਰ ਨੂੰ, ਆਪਣੇ ਮਿਨਿਸਟਰ ਦੇ ਸਾਹਮਣੇ। ਉੱਥੇ ਹੀ ਦੂਜੇ ਪਾਸੇ ਬਾਰ ਐਸੋਸੀਏਸ਼ਨ ਫਿਲੌਰ ਵੱਲੋਂ ਵੀ ਕਿਸਾਨਾਂ ਦੀ ਹਿਮਾਇਤ ਕੀਤੀ ਗਈ। ਇਸ ਮੌਕੇ ਐਡਵੋਕੇਟ ਪੁਆਰੀ ਸਾਹਿਬ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਲੰਬੇ ਸਮੇਂ ਤੋਂ ਇੱਕ ਲੰਬਾ ਸੰਘਰਸ਼ ਬਣ ਚੁੱਕਾ ਹੈ, ਜਿਸ ਸੰਬੰਧੀ ਅੱਜ ਫਲੌਰ ਵਿੱਚ ਟਰੈਕਟਰ ਰੈਲੀ ਕਿਸਾਨ ਜਥੇਬੰਦੀਆਂ ਵੱਲੋਂ ਕੱਢੀ ਗਈ ਹੈ। ਸਾਡੀ ਬਾਰ ਐਸੋਸੀਏਸ਼ਨ ਫਲੌਰ ਕਿਸਾਨਾਂ ਦਾ ਇਸ ਟਰੈਕਟਰ ਰੈਲੀ ਦੇ ਪੁਰਜ਼ੋਰ ਸਮਰਥਨ ਕਰਦੀ ਹੈ ਅਤੇ ਹਿੰਦੁਸਤਾਨ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਬੇਨਤੀ ਕਰਦੀ ਹੈ ਕਿ ਜੋ ਇਹ ਕਾਲੇ ਕਾਨੂੰਨ ਬਣਾਏ ਹਨ ਉਹ ਕਿਸਾਨ ਹਿੱਤੀ ਨਹੀਂ ਹਨ, ਕਿਸਾਨਾਂ ਦੇ ਖਿਲਾਫ਼ ਹਨ, ਕਿਸਾਨ ਮਾਰੂ ਹਨ, ਅਤੇ ਇਹਨਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਆਪਣਾ ਵਾਪਸ ਲੈ ਕੇ ਅਤੇ ਦੇਸ਼ ਦੇ ਜਿਹੜੀ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਵਿੱਚ ਧਰਨਿਆਂ 'ਤੇ ਬੈਠੇ ਹਨ ਉਹਨਾਂ ਨੂੰ ਆਪਣਾ ਆਪਣੀ ਘਰੇ ਜਾਣ ਦੀ ਬੇਨਤੀ ਕਰੇ ਸਰਕਾਰ ਨੂੰ। ਅਸੀਂ ਬਾਰ ਐਸੋਸੀਏਸ਼ਨ ਵੱਲੋਂ 2 ਵਾਰ ਅੱਗੇ ਵੀ ਮੈਮੋਰੈਂਡਮ ਦੇ ਚੁੱਕੇ ਹਾਂ ਅਤੇ ਅੱਜ ਵੀ ਜਿਹੜੀ ਕਿਸਾਨ ਰੈਲੀ ਨਿਕਲੀ ਹੈ, ਟਰੈਕਟਰ ਰੈਲੀ ਕੱਢੀ ਹੈ ਕਿਸਾਨਾਂ ਨੇ ਫਲੌਰ 'ਤੇ ਗੁਰਾਇਆਂ ਤੋਂ, ਉਸ ਦਾ ਅਸੀਂ ਪੁਰਜ਼ੋਰ ਸਮਰਥਨ ਕਰਦੇ ਹਾਂ ਅਤੇ ਸਾਡੀ ਬਾਰ ਐਸੋਸੀਏਸ਼ਨ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਨੂੰ ਕੋਈ ਵੀ ਇਸ ਸੰਬੰਧੀ ਜੇ ਕੋਈ ਕਾਨੂੰਨੀ ਰਾਈਟ ਦੇ ਕੋਈ ਵੀ ਕਾਰਵਾਈ ਸੰਬੰਧੀ ਕੋਈ ਵੀ ਹੈਲਪ ਚਾਹੀਦੀ ਹੋਊਗੀ, ਸਾਡੀ ਬਾਰ ਐਸੋਸੀਏਸ਼ਨ ਹਰ ਵੇਲੇ ਤਿਆਰ ਖੜੀ ਹੈ। ਫਿਲੌਰ ਤੋਂ ਅਮਰਜੀਤ ਸਿੰਘ ਮੋਨੂ ਦੀ ਰਿਪੋਰਟ। ਫਗਵਾੜੇ ਸਿੰਘ ਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਧਮਾਕਾ। ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ। ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ। ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣਗੇ ਕਈ ਵੱਡੇ ਇਨਾਮ। ਨਾਲ ਹੀ ਸੈਕਿੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਘ ਟ੍ਰੋਨਿਕ ਮੋਬਾਈਲਸ, ਗੈਜਟਸ ਐਂਡ ਮੋਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98141-0184, 98552-22000।